ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆਂ ਦੇ ਰਿਸ਼ੀ ਬਾਜ਼ਾਰ ਵੱਲੋਂ ਕੇਂਦਰ 'ਚ ਮੋਦੀ ਦੀ ਸਰਕਾਰ ਬਣਨ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਲੱਡੂ ਵੰਡੇ ਗਏ। ਇਸ ਮੌਕੇ ਭਾਜਪਾ ਦੇ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜਨ ਮੱਕੜ ਨੇ ਕਿਹਾ ਕਿ ਕੇਂਦਰ 'ਚ ਲੋਕਾਂ ਨੇ ਵੱਡੇ ਫਰਕ ਨਾਲ ਮੋਦੀ ਦੀ ਸਰਕਾਰ ਬਣਾਈ ਹੈ। ਉਹਨਾਂ ਕਿਹਾ ਕਿ ਜਲੰਧਰ ਤੋਂ ਭਾਵੇਂ ਉਹਨਾਂ ਦੇ ਉਮੀਦਵਾਰ ਕੁਝ ਵੋਟਾਂ ਨਾਲ ਰਹਿ ਗਏ ਹਨ, ਉਹ ਆਸ ਕਰਦੇ ਹਨ ਕਿ ਜੋ ਜਲੰਧਰ ਤੋਂ ਸਾਂਸਦ ਬਣੇ ਹਨ ਉਹ ਗੁਰਾਇਆਂ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ। ਇਸ ਮੌਕੇ ਵਿਵੇਕ ਗੁਪਤਾ, ਸੁਰਿੰਦਰ ਸਿੰਘ ਕਟੌੜਾ, ਰਜਿੰਦਰ ਪ੍ਰਸਾਦ ਗੋਇਲ, ਜਤਿੰਦਰ ਨਰੂਲਾ, ਗੁਰਮੀਤ ਸਿੰਘ SDO, ਡਾਕਟਰ ਦਿਨੇਸ਼, ਅਸ਼ੋਕ ਭਾਰਦਵਾਜ, ਅਮਰੀਕ ਸਿੰਘ ਢਿੱਲੋਂ, ਗੁਰਮੀਤ ਸਿੰਘ ਬਾਬਾ, ਦਰਸ਼ਨ ਪਸਰੀਚਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਜ਼ਾਰ ਦੇ ਦੁਕਾਨਦਾਰ ਹਾਜ਼ਰ ਸਨ। ਅੱਜ ਗੁਰਾਇਆਂ ਦੇ ਵਿੱਚ DCPR ਗੁਰਾਇਆਂ ਵੱਲੋਂ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ 'ਚ ਸਰਕਾਰ ਬਣਾਈ, ਸ਼੍ਰੀ ਨਰਿੰਦਰ ਮੋਦੀ ਜੀ ਰਹਿਨਮਾਈ ਹੇਠ ਜਿਹੜਾ ਪ੍ਰਚੰਡ ਬਹੁਮਤ ਨਰਿੰਦਰ ਮੋਦੀ ਜੀ ਨੇ ਲਗਾ ਰਿਕਾਰਡ ਤੋੜ ਜਿਹੜੀ ਜਿੱਤ ਪ੍ਰਾਪਤ ਕੀਤੀ ਆ, ਇਸ ਖੁਸ਼ੀ ਵਿੱਚ DCPR ਗੁਰਾਇਆਂ ਵੱਲੋਂ ਅੱਜ ਖੁਸ਼ੀ ਪ੍ਰਗਟਾਈ ਗਈ ਅਤੇ ਲੱਡੂ ਵੰਡੇ ਗਏ। ਅਤੇ ਅਸੀਂ ਆਸ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੈਂਟਰ 'ਚ ਜਿਹੜੀ NDA ਸਰਕਾਰ ਬਣੀ ਆ ਉਹ ਦੇਸ਼ ਦੇ ਵਿੱਚ ਬਹੁਤ ਚੰਗਾ ਇੱਕ ਮਾਹੌਲ ਲਿਆਊਗੀ। ਦੇਸ਼ ਦੇ ਵਿੱਚ ਜਿੰਨੇ ਵੀ ਜਿਹੜੇ ਵਿਕਾਸ ਦੇ ਕੰਮ ਰਹਿੰਦੇ ਸੀ, ਬਾਕੀ ਜੇ ਪਹਿਲਾਂ ਟੀਕੇ ਹੋਰ ਵੀ ਰਹਿੰਦੇ ਸੀਗੇ ਜਾਂ ਹੋਰ ਵੀ ਲੋੜ ਆ, ਸਭ ਪੂਰੀਆਂ ਕੀਤੀ ਜਾਣਗੀਆਂ। ਅਸੀਂ ਇਸ ਜਿੱਤ ਦੇ ਵਿੱਚ ਬੇਸ਼ੱਕ ਵੀ ਸਾਡਾ ਜਿਹੜਾ ਜ਼ਿਲ੍ਹਾ ਜਲੰਧਰ ਆ ਇਹ ਜਿੱਤ ਦੇ ਵਿੱਚ ਹਿੱਸੇਦਾਰੀ ਨਹੀਂ ਪਾ ਸਕਿਆ। ਜਿੰਨੇ ਲੋਕਾਂ ਨੇ ਸਾਨੂੰ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਈਆਂ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਕਿ ਇੱਥੇ ਦੇ ਜਿੱਤੇ ਹੋਏ ਨੁਮਾਇੰਦੇ ਜਿਹੜੇ ਆ ਆਪਣੀ ਪਾਰਟੀ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਗ੍ਰਾਂ ਦੇ ਵਿਕਾਸ ਦੀ ਉੱਥੇ ਗੱਲ ਕਰਨਗੇ। ਸੈਂਟਰ ਦੀ ਗੌਰਮੈਂਟ ਨਰਿੰਦਰ ਮੋਦੀ ਜਿਹੜਾ ਉਹਨਾਂ ਦਾ ਸੁਭਾਅ ਆ ਬਹੁਤ ਚੰਗਾ ਆ ਭਾਰਤੀ ਜਨਤਾ ਪਾਰਟੀ ਨੁਮਾਇੰਦੇ ਦਾ, ਉਹ ਜੇ ਗ੍ਰਾਂ ਦੇ ਲੋਕ ਉੱਥੇ ਜਾਣਗੇ ਕਿਸੇ ਲਈ ਸੈਂਟਰ ਦੇ ਪ੍ਰੋਜੈਕਟ ਲਈ ਉਹ ਨਾ ਨਹੀਂ ਕਰਨਗੇ, ਸਾਡਾ ਵਿਸ਼ਵਾਸ ਆ, ਸਾਡਾ ਮਨ ਆ। ਅਸੀਂ ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਗ੍ਰਾਂ ਦੇ ਵਿੱਚ ਪਾਰਟੀ ਵਾਈਜ਼ ਉੱਪਰ ਉੱਠ ਕੇ ਅਸੀਂ ਇੱਕ ਗ੍ਰਾਂ ਦੇ ਵਿੱਚ ਨਮੂਨੇ ਸ਼ਹਿਰ ਬਣਾਈਏ ਜਿਹੜੇ ਇੱਕ ਹੋਰ ਵੀ ਸਮੱਸਿਆ ਅੰਡਰ ਬਾਈਪਾਸ ਦੀ ਸਮੱਸਿਆ ਜਾਂ ਹੋਰ ਕੇਂਦਰ ਸਰਕਾਰ ਦੇ ਵੱਡੇ ਪ੍ਰੋਜੈਕਟ ਆ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਜਾ ਕੇ ਕਰਵਾਈਏ ਅਤੇ ਗ੍ਰਾਂ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਵਾਈਏ। ਅਤੇ ਇੱਕ ਵਾਰੀ ਫਿਰ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਜਿਨ੍ਹਾਂ ਨੇ ਵੋਟਾਂ ਪਾ ਕੇ ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣਾਈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਗ੍ਰਾਂ ਦੇ ਸਾਰੇ ਕੰਮ ਪੂਰੇ ਕੀਤੇ ਜਾਣਗੇ। ਇਹਨਾਂ ਗੱਲਾਂ ਦਾ ਮੈਂ ਫਿਰ ਧੰਨਵਾਦ ਕਰਦਾ ਹਾਂ। ਸ਼੍ਰੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਜੈ ਸ਼੍ਰੀ ਰਾਮ।